ਦਾ ਮਸਲਾ ਕੌਂਸਲ ਸਾਹਿਬ ਨੇ ਸਾਡੇ ਨੋਟਿਸ 'ਚ ਲਿਆਂਦਾ ਹੈ, ਆਲਰੇਡੀ ਇਸ ਵੀ ਨੋਟਿਸ ਇਸ਼ੂ ਕੀਤੇ ਹੋਏ ਆ, ਠੀਕ ਹੈ, ਅਤੇ ਫਾਈਨਲ ਨੋਟਿਸ ਨੂੰ ਕੱਢ ਕੇ ਆਪਾਂ ਜੋ ਵੀ ਕਾਰਵਾਈ ਉਹ ਕਰ ਦਾਂਗੇ। ਠੀਕ ਹੈ। ਅੱਜ ਤਰਪੰਜਾ ਨੰਬਰ ਵਾਰਡ 'ਚ ਪੁੱਛਿਆ ਕਿ ਰਹੀ ਹੈ ਬੰਦਾ, ਉੱਥੇ ਕਾਫੀ ਦਿਨਾਂ ਤੋਂ ਦੋ ਨੋਟਿਸ ਕਾਰਪਸ ਨੇ ਕੱਢ ਚੁੱਕੇ ਇੱਕ ਬਿਲਡਿੰਗ ਬਾਰੇ, ਬੜੀ ਜੰਜਲ ਹੋ ਚੁੱਕੀ ਹੈ ਔਰ ਪਤਾ ਨਹੀਂ ਕਦੋਂ ਡਿੱਗ ਗਏ। ਅੱਜ ਆਪਾਂ ਫੈਮਿਲੀ, ਅੱਜ ਆਪਾਂ ਸਾਰੇ ਮੁਹੱਲੇ ਵਾਸੀ ਇੱਥੇ ਐਕਸੀਅਨ ਸਾਹਿਬ ਨੂੰ ਔਰ ਐਸ ਸੀ ਸਾਹਿਬ ਨੂੰ ਅਸੀਂ ਦੇਣ ਆਏ ਨੋਟਿਸ ਮੰਗਣ ਦੀ ਗੱਲ, ਇਹਦਾ ਬਿਲਡਿੰਗ ਦਾ ਜੋ ਵੀ ਬੰਦਾ ਹੈਗਾ ਕਾਰਵਾਈ ਕੀਤੀ ਜਾਵੇ, ਕਿਉਂਕਿ ਉੱਥੇ ਬੱਚੇ ਬਹੁਤ ਹੈਗੇ ਛੋਟੇ ਛੋਟੇ, ਕੱਲ੍ਹ ਕੋਈ ਹਾਦਸਾ ਹੋ ਜਾਵੇ ਅਤੇ ਉਸ ਤੋਂ ਪਹਿਲਾਂ ਪਹਿਲਾਂ ਇਹ ਕਾਰਵਾਈ ਕਰਦੇ ਅਤੇ ਬਹੁਤ ਵਧੀਆ।